जिला प्रशासन वालों सरबंस स्थानी पिता श्री गुरु गोबिंद सिंह जी के छोटे साहिबजाद्या बाबा जोरावर सिंह जी बाबा फतेह सिंह जी ते माता गुजरी जी की लासानी शहादत नूं समर्पित 25 दसंबर तो 27 दसंबर तक मनाई जाने वाली शहीदी सभा दे लई सारे प्रबंध मुकम्मल कर ले गए ने। इस संबंधी जानकारी उत्थों दे डिप्टी कमिश्नर श्रीमती अमृत कौर गिल ने दी है। उन्होंने कहा है कि जिला प्रशासन ने संगतां दी आमद नूं मुख रखदियां पुख्ता प्रबंध कीते ने तां जो संगतां नूं किसी भी किस्म की परेशानी का सामना ना करना पवे। उन्होंने यह भी कहा है कि शहीदी सभा दौरान कोरोना तो बचाव संबंधी भी पुख्ता प्रबंध किए गए ने ते वार वार संगतां नूं अपील की जा रही है कि कोरोना तो बचाव संबंधी सावधानियां की पालना सख्ती नाल की जाए। श्रीमती गिल ने यह भी दसा है कि शहीदी सभा दौरान बजुर्गों औरतों ते बच्चों के लिए ई रिक्शा की सहूलत भी मुहैया करवाई गई है। जिला निवासियों हर साल की तरह ऐतकी भी शहीदी सभा होन जा रही है जिहड़ी 25-26-27 नूं हैगी लिस्टड है। मैं इस जिले की डिप्टी कमिश्नर होने के नाते यह आपकी जिम्मेवारी महसूस कर दी है कि मैं अपने एरिया के लोगों नूं ते बाकी भी जिहड़े आले दुआले इस फेसबुक पेज नूं साडे नूं फॉलो कर रहे हैं उन्हां नूं भी बेनती करा उन्हां चों ही सानूं श्रद्धालु इत्थे आउंदे आ। साडे वल्लों जिला प्रशासन वल्लों सारे जिहड़े प्रबंध हैगे आ उह मुकम्मल कर ले गए आ। ऐतकी साडा इस सभा दे विच इह चैलेंज हैगा जिहड़ा कोविड दे मद्देनजर क्योंकि कोविड जिहड़ी इन्फेक्शन है ਉਹ ਦੁਬਾਰਾ ਉਹਦੀ ਥੋੜੀ ਬਹੁਤ ਸਰਜ ਸ਼ੁਰੂ ਹੋ ਗਈ ਵਰਲਡ ਓਵਰ ਤੇ ਡੈਫੀਨੇਟਲੀ ਸਾਡੇ ਵੀ ਇੱਥੇ ਉਹ ਆ ਸਕਦੀ ਹੈ ਤੇ ਮੈਂ ਇਸ ਕਰਕੇ ਤੁਹਾਡੇ ਨਾਲ ਇਹ ਕੁਝ ਗੱਲਾਂ ਜ਼ਰੂਰ ਸ਼ੇਅਰ ਕਰਨੀਆਂ ਚਾਹੁੰਦੀ ਸੀ। ਇਸ ਚੀਜ਼ ਦਾ ਅਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਗੱਲ ਕਰਕੇ ਮੈਸੇਜ ਕਨਵੇ ਹੁੰਦਾ ਰਹਿੰਦਾ ਹੈ ਕਿ ਤੁਸੀਂ ਪਲੀਜ਼ ਇਹਦੀ ਜਿਹੜਾ ਪ੍ਰੋਟੋਕੋਲ ਹੈ ਜਿਹੜੇ ਮਾਸਕ ਪਾਉਣੇ ਸੈਨੇਟਾਈਜ਼ਰ ਜਾਂ ਆਪਦੀ ਸਫਾਈ ਰੱਖਣੀ ਉਹ ਜ਼ਰੂਰ ਮੇਨਟੇਨ ਕਰਿਓ। ਸ਼ਰਧਾ ਡੈਫੀਨੇਟਲੀ ਬਹੁਤ ਭਾਰੀ ਹੈ ਤੇ ਜ਼ਰੂਰ ਆਓ ਪਰ ਆਪਣਾ ਇਹ ਚੀਜ਼ ਦਾ ਧਿਆਨ ਰੱਖੋ। ਹੁਣੇ ਹੀ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦਾ ਜਿਹੜਾ ਹੈਗਾ ਅੱਜ ਉਹਨਾਂ ਦਾ ਲਾਸਟ ਹੈਗਾ ਉਹ ਖਤਮ ਹੋ ਰਿਹਾ ਤੇ ਉਹ ਉੱਥੇ ਇਹ ਕਾਫੀ ਅੱਛੇ ਤਰੀਕੇ ਨਾਲ ਲੋਕਾਂ ਨੇ ਕੋਆਪਰੇਟ ਕੀਤਾ ਸੋ ਮੈਂ ਇਹੀ ਕੋਆਪਰੇਸ਼ਨ ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਸ਼ਹੀਦੀ ਸਭਾ ਦੇ ਵਿੱਚ ਵੀ ਐਕਸਪੈਕਟ ਕਰੂੰਗੀ। ਸਾਡਾ ਇਹਦੀ ਜਿਹੜੀ ਪਵਿੱਤਰਤਾ ਜਿਹੜੀ ਇਹਦੀ ਐਡੀ ਵੱਡੀ ਸੈਕਰੀਫਾਈਜ਼ ਹੈ ਉਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਕੁਝ ਜਿਹੜੇ ਪ੍ਰਸ਼ਾਸਕ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੁੰਦਾ ਅਸੀਂ ਕੁਝ ਪਾਬੰਦੀਆਂ ਲਾਉਂਦੇ ਹੁੰਦੇ ਹਾਂ ਉਹਦੇ ਵਿੱਚ ਮੈਂ ਤੁਹਾਡੇ ਧਿਆਨ ਚ ਲਿਆ ਕੇ ਦੇਣਾ ਚਾਹੁੰਦੀ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਦੇ 3 ਕਿਲੋਮੀਟਰ ਦੇ ਘੇਰੇ ਦੇ ਵਿੱਚ ਕੁਝ ਪਾਬੰਦੀਆਂ ਅਨਾਊਂਸ ਕੀਤੀਆਂ ਹੈਗੀਆਂ ਤੇ ਉਹਦੀ ਪੁਲਿਸ ਇਨਸ਼ੋਰ ਕਰੂਗੀ ਕਿ ਉਹ ਚੀਜ਼ਾਂ ਉੱਥੇ ਨਾ ਕੀਤੀਆਂ ਜਾਣ ਜਿਵੇਂ ਕਿ ਲਾਊਡ ਸਪੀਕਰ ਜਾਂ ਟੇਪ ਰਿਕਾਰਡ ਵਗੈਰਾ ਉੱਥੇ ਆਲੇ ਦੁਆਲੇ ਚੱਲਣੇ। ਇਸ ਤੋਂ ਇਲਾਵਾ 3 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੀ ਸ਼ਰਾਬ ਤੇ ਤੰਬਾਕੂ ਜਾਂ ਮੀਟ ਦੀਆਂ ਦੁਕਾਨਾਂ ਉਹ ਸਾਰੀਆਂ ਬੰਦ ਹੋਣਗੀਆਂ ਉਹੋ ਜਿਹੀ ਕੋਈ ਚੀਜ਼ ਉੱਥੇ ਨਹੀਂ ਖੁੱਲੀ ਹੋਊਗੀ। ਤੀਸਰੀ ਗੱਲ ਜਿਹੜੀ ਕੀਤੀ ਹੈ ਉਹ ਹੈਗਾ ਸਰਕਸ ਝੂਲੇ ਜਾਂ ਧਾਰਮਿਕ ਮਾਹੌਲ ਦੀ ਜਿਹੜੀ ਪਵਿੱਤਰਤਾ ਉਹ ਭੰਗ ਕਰਨ ਵਾਲੀਆਂ ਕੋਈ ਵੀ ਇਹੋ ਜਿਹੀਆਂ ਚੀਜ਼ਾਂ ਮਨੋਰੰਜਨ ਖੇਡਾਂ ਵਗੈਰਾ ਉਹ ਕੋਈ ਨਹੀਂ ਉਹਨਾਂ ਤੇ ਪੂਰੀ ਪਾਬੰਦੀ ਹੈ। ਪ੍ਰਾਈਵੇਟ ਡਰੋਨ ਵਗੈਰਾ ਉਹਨਾਂ ਦਾ ਵੀ ਕੋਈ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਸਿਰਫ ਆਫੀਸ਼ੀਅਲ ਡਰੋਨ ਹੈ ਜਿਹੜਾ ਸਾਡਾ ਉਹ ਚੱਲੂਗਾ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ। ਇਸ ਤੋਂ ਇਲਾਵਾ ਜਿਹੜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੂੰਗੀ ਕਿ ਅਸੀਂ ਸ਼ਰਧਾਲੂਆਂ ਨੂੰ ਬੇਨਤੀ ਵਾਰ ਵਾਰ ਕਰ ਰਹੇ ਹਾਂ ਕਿ ਆਪਣੇ ਮਾਸਕ ਜ਼ਰੂਰ ਪਾ ਕੇ ਆਓ ਈਵਨ ਗੁਰਦੁਆਰਾ ਸਾਹਿਬ ਦੇ ਅੰਦਰ ਵੀ। ਫਿਰ ਵੀ ਜੇ ਕੋਈ ਸਾਡਾ ਜਿਹੜਾ ਸ਼ਰਧਾਲੂ ਨਹੀਂ ਕੋਈ ਪਾ ਕੇ ਆਇਆ ਜਾਂ ਉਸ ਦਾ ਮਤਲਬ ਉਹਦੇ ਕੋਲ ਅਵੇਲੇਬਲ ਨਹੀਂ ਹੈ ਤਾਂ ਅਸੀਂ ਉਹਨਾਂ ਦਾ ਅਰੇਂਜਮੈਂਟ ਕੀਤਾ ਐਨਜੀਓਸ ਦੀ ਹੈਲਪ ਲਈ ਹੈ। ਅਸੀਂ ਉਹਨਾਂ ਨੂੰ ਅਸੀਂ ਡਿਫਰੈਂਟ ਪੁਆਇੰਟਸ ਸਾਡੇ ਹੈਗੇ ਆ ਪਬਲਿਕ ਕਨਵੀਨੀਅੰਸ ਪੁਆਇੰਟਸ ਉਹਨਾਂ ਦੇ ਵਿੱਚ ਉਹਨਾਂ ਵਾਲੰਟੀਅਰਸ ਅਸੀਂ ਯੂਥ ਕਲੱਬਸ ਦੇ ਬੱਚਿਆਂ ਤੋਂ ਉਹਨਾਂ ਦੀ ਹੈਲਪ ਲੈ ਰਹੇ ਹਾਂ ਉਹ ਤੁਹਾਨੂੰ ਪ੍ਰੋਵਾਈਡ ਵੀ ਕਰਨਗੇ ਮਾਸਕ ਤੇ ਜਿਹੜੇ ਹੈਗੇ ਆ ਸੈਨੇਟਾਈਜ਼ਰਸ। ਸੋ ਆਪਣੀ ਸਫਾਈ ਰੱਖਣੀ ਜਾਂ ਆਪਣੇ ਆਪ ਇਸ ਕੋਵਿਡ ਦੇ ਪ੍ਰਤੀ ਜ਼ਿੰਮੇਵਾਰ ਹੋਣਾ ਉਹ ਹਰ ਸਿਟੀਜ਼ਨ ਦੀ ਆਪਣੀ ਵੀ ਜ਼ਿੰਮੇਵਾਰੀ ਹੈਗੀ ਹੈ ਸੋ ਮੈਂ ਇਹ ਤੁਹਾਡੇ ਤੋਂ ਐਕਸਪੈਕਟ ਕਰਦੀ ਹਾਂ। ਦੂਸਰੀ ਗੱਲ ਹੈਗੀ ਲੰਗਰਾਂ ਦੀ। ਲੰਗਰਾਂ ਦੇ ਵਿੱਚ ਅਸੀਂ ਇਹਨਾਂ ਨਾਲ SGPC ਨਾਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹਨਾਂ ਨੂੰ ਸਾਰੀਆਂ ਕਮੇਟੀਆਂ ਨੂੰ ਅਸੀਂ ਇਹ ਜ਼ਰੂਰ ਕਹਿਤਾ ਸੀਗਾ ਕਿ ਜਿੰਨੇ ਬੱਚੇ ਉੱਥੇ ਵਾਲੰਟੀਅਰਸ ਇਹਨਾਂ ਦੇ ਸੇਵਾ ਕਰਨਗੇ
ਉਹਨਾਂ ਦੇ ਸਾਰਿਆਂ ਦੇ ਨੈਗੇਟਿਵ ਟੈਸਟ ਹੋਣ ਤੇ ਉਹ ਉਹਨਾਂ ਦੀ ਟੈਸਟਿੰਗ ਜਿਹੜੀ ਹੈਗੀ ਆ ਉਹ ਅੱਜ ਤੋਂ ਇਹਨਾਂ ਦੇ ਲੰਗਰ 10% ਲੱਗ ਗਏ ਆ ਉਹਨਾਂ ਦੀ ਟੈਸਟਿੰਗ ਵੀ ਸ਼ੁਰੂ ਕਰਤੀ ਹੈ ਤੇ ਨੈਗੇਟਿਵ ਰਿਪੋਰਟਸ ਅਸੀਂ ਇਨਸ਼ੋਰ ਕਰਾਂਗੇ ਨਾਲ ਦੀ ਨਾਲ ਮੌਕੇ ਤੇ ਆ ਜਾਂਦੀ ਹੈ ਵੱਧ ਤੋਂ ਵੱਧ ਅਗਲੇ ਦਿਨ ਤਾਂ ਉਹ ਚੀਜ਼ ਦਾ ਵੀ ਧਿਆਨ ਰੱਖਿਆ ਗਿਆ ਬਾਕੀ ਸੰਗਤਾਂ ਦੀ ਸਹੂਲਤ ਵਾਸਤੇ ਪਿਛਲੀ ਵਾਰ ਵੀ ਅਸੀਂ ਰਿਕਸ਼ਾਜ਼ ਚਲਾਈਆਂ ਸੀ ਐਤਕੀ ਵੀ ਚੱਲਣਗੀਆਂ ਉਸ ਦੇ ਨਾਲ ਨਾਲ ਬੱਸਿਸ ਬੰਦ ਨਹੀਂ ਹੋਈਆਂ ਬੱਸਿਸ ਵੀ ਚੱਲਣਗੀਆਂ ਤੇ ਐਤਕੀ ਅਸੀਂ ਇੱਕ ਦੋ ਚੀਜ਼ਾਂ ਕਿਉਂਕਿ ਇਕੱਠ ਨੂੰ ਜਿੰਨਾ ਕੁ ਅਸੀਂ ਬਚਾਅ ਕਰ ਸਕੀਏ ਉਹਦੇ ਚ ਪ੍ਰਦਰਸ਼ਨੀ ਕਿੱਥੇ ਲੱਗਦੀ ਹੁੰਦੀ ਸੀ ਹਰ ਸਾਲ ਉਹ ਐਤਕੀ ਪ੍ਰਦਰਸ਼ਨੀ ਨਹੀਂ ਲੱਗ ਰਹੀ ਤੇ ਕੋਈ ਕਾਨਫਰੰਸ ਵੀ ਨਹੀਂ ਹੋ ਰਹੀ ਜਿਸ ਤਰ੍ਹਾਂ ਦੀਆਂ ਪਹਿਲਾਂ ਕਾਨਫਰੰਸਿਸ ਕਿਸੇ ਟਾਈਮ ਹੁੰਦੀਆਂ ਰਹੀਆਂ ਤੇ ਜਿਹੜਾ ਇੱਕ ਨਾਟਕ ਹੈ ਜਿੰਦਾ ਨਿੱਕੀਆਂ ਉਹ ਪਿਛਲੀ ਵਾਰ ਵੀ ਖੇਡਿਆ ਗਿਆ ਸੀਗਾ ਉਹ ਐਤਕੀ ਵੀ ਆਮ ਖਾਸ ਬਾਗ ਦੇ ਵਿੱਚ 25 ਔਰ 26 ਤਰੀਕ ਨੂੰ ਸ਼ਾਮ ਨੂੰ 6 ਵਜੇ ਆਨਵਰਡਸ ਹੈਗਾ ਸੋ ਉਹ ਮੈਂ ਸਾਰੀਆਂ ਸੰਗਤਾਂ ਨੂੰ ਕਹੂੰਗੀ ਕਿ ਉਹ ਜ਼ਰੂਰ ਆ ਕੇ ਦੇਖਣ ਤੇ ਤੁਹਾਨੂੰ ਉਹਨਾਂ ਦੀ ਬੱਚਿਆਂ ਦੀ ਜਿਹੜੀ ਹੈਗੀ ਹੈ ਸ਼ਹਾਦਤ ਦੇ ਹਿਸਟੋਰਿਕ ਕਈ ਫੈਕਟਸ ਪਤਾ ਲੱਗਦੇ ਆ ਤਾਂ ਮੇਰੀ ਇੰਨੀ ਕਿ ਤੁਹਾਨੂੰ ਸਾਰੇ ਸ਼ਰਧਾਲੂਆਂ ਨੂੰ ਮੇਰੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਬਾਕੀ ਇਹਦੇ ਰਸ਼ ਨੂੰ ਜਿਹੜਾ ਡੀ ਟੂਰ ਕਰਨਾ ਜਾਂ ਇਹਨਾਂ ਦੇ ਅਸੀਂ ਰੂਟਸ ਡਿਫਰੈਂਟ ਬਣਾਏ ਹੋਏ ਆ ਉਹ ਜਿਹੜਾ ਹੈਗਾ ਸਾਡਾ ਫੇਸਬੁੱਕ ਪੇਜ ਹੈ ਉਹਦੇ ਉੱਪਰ ਟਾਈਮ ਟੂ ਟਾਈਮ ਤੁਹਾਨੂੰ ਅਪਗ੍ਰੇਡ ਕੀਤਾ ਜਾ ਰਿਹਾ ਸੋ ਕਾਈਂਡਲੀ ਤੁਸੀਂ ਜਿਹੜੇ ਬੰਦੇ ਉਸ ਨਾਲ ਹੈਗੇ ਆ ਇਨ ਟੱਚ ਉਹ ਉੱਥੇ ਦੇਖਦੇ ਰਹਿਣ ਤਾਂ ਕਿ ਤੁਹਾਨੂੰ ਰੂਟਸ ਦਾ ਇਹਦੇ ਜਿਹੜੇ ਆਲਟਰਨੇਟ ਰੂਟਸ ਆਏ ਆ ਪਾਰਕਿੰਗਸ ਕਿੱਥੇ ਅਵੇਲੇਬਲ ਹੈਗੀਆਂ ਉਹ ਸਾਰਾ ਜਿਹੜਾ ਅਰੇਂਜਮੈਂਟ ਆ ਸਾਡਾ ਉਹ ਤੁਹਾਨੂੰ ਪਤਾ ਲੱਗਦਾ ਰਹੇ ਤੇ ਜੇ ਤੁਹਾਡਾ ਕੋਈ ਉੱਥੇ ਸਵਾਲ ਵੀ ਹੋਊਗਾ ਤੇ ਉਹਦੇ ਤੇ ਅਸੀਂ ਤੁਹਾਨੂੰ ਰਿਸਪੋਂਡ ਕਰਾਂਗੇ ਸੋ ਮੈਂ ਇੰਨੀਆਂ ਕੁ ਬੇਨਤੀਆਂ ਕਰਦੀ ਹੋਈ ਤੁਹਾਨੂੰ ਫੇਰ ਇੱਕ ਵਾਰ ਐਡਵਾਈਸ ਕਰੂੰਗੀ ਕਿ ਆਪਣਾ ਕੋਰੋਨਾ ਦਾ ਜਿਹੜਾ ਹੈਗਾ ਪ੍ਰਕੋਪ ਉਹ ਤੋਂ ਬਚਣ ਲਈ ਜਿਹੜੇ ਉਹਦੇ ਪ੍ਰੋਟੋਕੋਲ ਜਾਂ ਮਾਸਕ ਵਗੈਰਾ ਹਮੇਸ਼ਾ ਹਰ ਟਾਈਮ ਪਾ ਕੇ ਰੱਖੋ ਧੰਨਵਾਦ ਜੈ